ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਜੀ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਦੋਸਤੋ, ਅੱਜ ਗੱਲ ਕਰਦੇ ਹਾਂ ਤਰਸੇਮ ਜੱਸੜ ਦੀ ਨਵੀਂ ਆ ਰਹੀ ਪੰਜਾਬੀ ਫਿਲਮ ਦੇ ਬਾਰੇ, ਜਿਸ ਫਿਲਮ ਦਾ ਨਾਮ ਹੈ ਗੱਲ ਵੱਕੜੀ। ਦੋਸਤੋ, ਗੱਲ ਵੱਕੜੀ ਤਰਸੇਮ ਜੱਸੜ ਦਾ ਬਹੁਤ ਹੀ ਪਿਆਰਾ ਅਤੇ ਸੁਪਰਹਿੱਟ ਗੀਤ ਹੈ ਅਤੇ ਹੁਣ ਇਸ ਗੱਲ ਵੱਕੜੀ ਟਾਈਟਲ ਨੂੰ ਲੈ ਕੇ ਪੰਜਾਬੀ ਫਿਲਮ ਲੈ ਕੇ ਆ ਰਹੇ ਨੇ ਤਰਸੇਮ ਜੱਸੜ। ਅਤੇ ਤਰਸੇਮ ਜੱਸੜ ਦੇ ਸਾਰੇ ਫੈਨਸ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਅਗਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਕੋਈ ਵੀ ਨਵੀਂ ਅਪਡੇਟ ਤੁਹਾਨੂੰ ਜਲਦੀ ਤੋਂ ਜਲਦੀ ਮਿਲੇ। ਦੋਸਤੋ, ਗੱਲ ਵੱਕੜੀ ਫਿਲਮ 2020 ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਲੋਕਡਾਊਨ ਦੇ ਕਾਰਨ ਕਰਕੇ ਰਿਲੀਜ਼ ਨਹੀਂ ਹੋ ਸਕੀ ਅਤੇ ਹੁਣ ਇਸ ਦੀ ਨਵੀਂ ਰਿਲੀਜ਼ ਡੇਟ ਅਨਾਊਂਸ ਕਰ ਦਿੱਤੀ ਹੈ। ਇਸ ਫਿਲਮ ਨੂੰ ਡਾਇਰੈਕਟ ਕਰਿਆ ਜੀ ਸ਼ਰਨ ਆਰਟ ਨੇ ਅਤੇ ਫਿਲਮ ਦੀ ਕਹਾਣੀ ਲਿਖੀ ਹੈ ਰਣਦੀਪ ਚਾਲ ਦੇ ਵੱਲੋਂ ਅਤੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਨਪ੍ਰੀਤ ਜੌਲ, ਆਸ਼ੂ ਮਨੀ ਸਾਨੀ ਅਤੇ ਅਨੀਕੇਤ ਕਾਂਬੜੇ। ਅਤੇ ਹੁਣ ਗੱਲ ਕਰਦੇ ਹਾਂ ਫਿਲਮ ਦੀ ਸਟਾਰ ਕਾਸਟ ਬਾਰੇ। ਫਿਲਮ ਦੇ ਵਿੱਚ ਲੀਡ 'ਤੇ ਨਜ਼ਰ ਆਉਣਗੇ ਤਰਸੇਮ ਜੱਸੜ, ਵਾਮਿਕਾ ਗੈਬੀ, ਰਘੁਬੀਰ ਬੋਲੀ, ਬੀ ਐੱਨ ਸ਼ਰਮਾ, ਰੁਪਿੰਦਰ ਰੂਪੀ, ਪ੍ਰਕਾਸ਼ ਗਾਦੂ ਅਤੇ ਹਨੀ ਮੱਟੂ। ਤੁਸੀਂ ਸਭ ਨੇ ਜ਼ਰੂਰ ਦੇਖਣਾ ਫਿਲਮ ਗੱਲ ਵੱਕੜੀ। ਹੋਰ ਅਪਡੇਟ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਥੈਂਕ ਯੂ ਸੋ ਮੱਚ।